ਬਲਵਿੰਦਰ ਸਿੰਘ ਅੰਬਾਲੇ ਸ਼ਹਿਰ ਦੇ ਇੱਕ ਪਿੰਡ ਵਿੱਚ ਆਪਣੀ ਪਤਨੀ ਕੁਲਵਿੰਦਰ ਕੌਰ ਦੇ ਨਾਲ ਰਹਿੰਦਾ ਸੀ। ਉਹ ਕੰਮ ਕਰਦਾ ਅਤੇ ਉਸ ਨੂੰ ਕੰਮ ਦੇ ਬਦਲੇ ਪੈਸੇ ਮਿਲਦੇ, ਜਿਸ ਨਾਲ ਉਸਦਾ ਘਰ ਦਾ ਗੁਜ਼ਾਰਾ ਬੜੀ ਹੀ ਮੁਸ਼ਕਲ ਦੇ ਨਾਲ ਹੁੰਦਾ ਸੀ। ਬਲਵਿੰਦਰ ਸਿੰਘ ਆਪਣੀ ਗਰੀਬੀ ਤੋਂ ਬਹੁਤ ਪਰੇਸ਼ਾਨ ਸੀ। ਉਸਦੀ ਪਤਨੀ ਕੁਲਵਿੰਦਰ ਕੌਰ ਨੂੰ ਗੁਰੂ ਸਾਹਿਬ ਦੇ ਉੱਤੇ ਬਹੁਤ ਵਿਸ਼ਵਾਸ ਸੀ। ਉਹ ਹਰ ਰੋਜ਼ ਗੁਰਦੁਆਰੇ ਸਾਹਿਬ ਜਾ ਕੇ ਸੱਚੇ ਮਨ ਦੇ ਨਾਲ ਸੇਵਾ ਅਤੇ ਅਰਦਾਸ ਕਰਦੀ। ਇੱਕ ਦਿਨ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਕਿਹਾ ਕਿ ਕੁਲਵਿੰਦਰ ਕੌਰ, ਤੇਰੇ ਗੁਰੂ ਘਰ ਜਾਣ ਦਾ ਕੋਈ ਫਾਇਦਾ ਨਹੀਂ। ਵਾਹਿਗੁਰੂ ਬੜਾ ਨਿਰਦਈ ਹੈ, ਅੱਜ ਤੱਕ ਅਸੀਂ ਗਰੀਬੀ ਦੇ ਵਿੱਚ ਹੀ ਦਿਨ ਕੱਟ ਰਹੇ ਹਾਂ, ਉਹ ਤੇਰੀ ਕਦੇ ਵੀ ਨਹੀਂ ਸੁਣੇਗਾ। ਉਸਦੀ ਪਤਨੀ ਨੇ ਕਿਹਾ, ਮੈਨੂੰ ਮੇਰੇ ਗੁਰੂ ਸਾਹਿਬ ਦੇ ਉੱਤੇ ਪੂਰਾ ਵਿਸ਼ਵਾਸ ਹੈ, ਉਹ ਸਾਡੀ ਪਰੇਸ਼ਾਨੀ ਇੱਕ ਨਾ ਇੱਕ ਦਿਨ ਜ਼ਰੂਰ ਦੂਰ ਕਰੇਗਾ। ਬਲਵਿੰਦਰ ਸਿੰਘ ਕਹਿਣ ਲੱਗਿਆ, ਚੱਲ ਦੇਖਦੇ ਹਾਂ ਤੇਰਾ ਗੁਰੂ ਤੇਰੀ ਕਦੋਂ ਤੱਕ ਸੁਣਦਾ ਹੈ, ਹੁਣ ਕੰਮ ਲੱਭਣ ਜਾ ਰਿਹਾ। ਬਲਵਿੰਦਰ ਸਿੰਘ ਦੀ ਪਤਨੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਤੇ ਪੂਰਾ ਭਰੋਸਾ ਸੀ, ਪਰ ਬਲਵਿੰਦਰ ਸਿੰਘ ਨੂੰ ਗੁਰੂ ਸਾਹਿਬ ਦੇ ਉੱਤੇ ਵਿਸ਼ਵਾਸ ਨਹੀਂ ਸੀ। ਇੱਕ ਦਿਨ ਬਲਵਿੰਦਰ ਸਿੰਘ ਦੀ ਪਤਨੀ ਕਹਿਣ ਲੱਗੀ, ਹੁਣ ਖਾਣ ਦੇ ਲਈ ਘਰ ਦੇ ਵਿੱਚ ਕੁਝ ਵੀ ਨਹੀਂ ਬਚਿਆ, ਬਸ ਥੋੜਾ ਜਿਹਾ ਰਾਸ਼ਨ ਹੈ, ਕਿ ਤੁਹਾਨੂੰ ਕਿਤੇ ਕੰਮ ਨਹੀਂ ਮਿਲਿਆ? ਬਲਵਿੰਦਰ ਸਿੰਘ ਬੋਲਿਆ, ਕੋਈ ਕੰਮ ਨਹੀਂ ਮਿਲਿਆ, ਸ਼ਾਹੂਕਾਰ ਦੇ ਕੋਲ ਦੇਣ ਦੇ ਲਈ ਕੋਈ ਵੀ ਕੰਮ ਨਹੀਂ। ਬਲਵਿੰਦਰ ਸਿੰਘ ਦੀ ਪਤਨੀ ਨੇ ਕਿਹਾ, ਵਾਹਿਗੁਰੂ ਸੱਚੇ ਪਾਤਸ਼ਾਹ ਦੇ ਉੱਤੇ ਭਰੋਸਾ ਰੱਖੋ, ਉਹ ਇੱਕ ਦਿਨ ਸਾਨੂੰ ਇਸ ਗਰੀਬੀ ਤੋਂ ਜ਼ਰੂਰ ਬਾਹਰ ਕੱਢਣਗੇ। ਬਲਵਿੰਦਰ ਸਿੰਘ ਦੀ ਪਤਨੀ ਰੋਜ਼ ਗੁਰਦੁਆਰੇ ਸਾਹਿਬ ਜਾ ਕੇ ਸੇਵਾ ਤੇ ਅਰਦਾਸ ਕਰਦੀ। ਬਲਵਿੰਦਰ ਸਿੰਘ ਦੀ ਪਤਨੀ ਨੂੰ ਗੁਰੂ ਸਾਹਿਬ ਸੁਪਨੇ ਦੇ ਵਿੱਚ ਇੱਕ ਦਿਨ ਦਰਸ਼ਨ ਦਿੱਤੇ ਅਤੇ ਕਹਿੰਦੇ ਨੇ, ਕੁਲਵਿੰਦਰ, ਮੈਂ ਤੇਰੀ ਸੇਵਾ ਤੋਂ ਪ੍ਰਸੰਨ ਹਾਂ, ਹੁਣ ਜਲਦੀ ਹੀ ਤੇਰੇ ਘਰ 'ਚ ਗਰੀਬੀ ਨਿਕਲ ਜਾਵੇਗੀ। ਕੁਲਵਿੰਦਰ ਕੌਰ ਸਵੇਰੇ ਉੱਠਦੀ ਹੈ ਅਤੇ ਸੁਪਨੇ ਵਾਲੀ ਗੱਲ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਅਤੇ ਬਲਵਿੰਦਰ ਸਿੰਘ ਕਹਿੰਦਾ ਹੈ, ਉਹ ਸਿਰਫ ਸੁਪਨਾ ਹੀ ਸੀ। ਫਿਰ ਬਲਵਿੰਦਰ ਸਿੰਘ ਸ਼ਾਹੂਕਾਰ ਕੋਲ ਕੰਮ ਦੀ ਭਾਲ ਦੇ ਵਿੱਚ ਚਲਾ ਜਾਂਦਾ ਹੈ, ਪਰ ਅੱਜ ਵੀ ਸ਼ਾਹੂਕਾਰ ਉਸ ਨੂੰ ਕੰਮ ਦੇਣ ਤੋਂ ਮਨਾ ਕਰ ਦਿੰਦਾ ਹੈ। ਉਹ ਉਦਾਸ ਹੋ ਕੇ ਘਰ ਜਾ ਹੀ ਰਿਹਾ ਸੀ, ਉਦੋਂ ਹੀ ਰਾਸਤੇ ਦੇ ਵਿੱਚ ਉਸ ਨੂੰ ਪਿੱਛੋਂ ਕੋਈ ਆਵਾਜ਼ ਮਾਰਦਾ ਹੈ। ਬਲਵਿੰਦਰ ਸਿੰਘ ਕਹਿੰਦਾ ਹੈ, ਹਾਂਜੀ ਬੋਲੋ, ਕੀ ਕੰਮ ਹੈ? ਉਸ ਆਦਮੀ ਨੇ ਕਿਹਾ, ਜਦੋਂ ਤੁਸੀਂ ਸ਼ਾਹੂਕਾਰ ਦੇ ਕੋਲੋਂ ਕੰਮ ਮੰਗ ਰਹੇ ਸੀ, ਮੈਂ ਉੱਥੇ ਹੀ ਸੀ। ਕੀ ਤੂੰ ਮੇਰਾ ਇੱਕ ਕੰਮ ਕਰੇਗਾ? ਮੈਂ ਤਾਂ ਬਹੁਤ ਬਜ਼ੁਰਗ ਹੋ ਗਿਆ ਹਾਂ, ਮੈਂ ਹਰਿਮੰਦਰ ਸਾਹਿਬ ਜਾ ਕੇ ਉੱਥੋਂ ਅੰਮ੍ਰਿਤ ਜਲ ਲਿਆਉਣਾ ਚਾਹੁੰਦਾ ਸੀ, ਪਰ ਹੁਣ ਮੈਥੋਂ ਚੱਲਿਆ ਨਹੀਂ ਜਾਂਦਾ, ਕੀ ਤੂੰ ਮੇਰੇ ਲਈ ਹਰਿਮੰਦਰ ਸਾਹਿਬ ਤੋਂ ਅੰਮ੍ਰਿਤ ਜਲ ਲਿਆਵੇਂਗਾ? ਮੈਂ ਇਸ ਕੰਮ ਦੇ ਬਦਲੇ ਤੈਨੂੰ 50,000 ਰੁਪਇਆ ਦੇਵਾਂਗਾ। ਬਲਵਿੰਦਰ ਸਿੰਘ ਹੈਰਾਨ ਹੋ ਜਾਂਦਾ ਹੈ, ਉਸਨੇ ਤਾਂ 50,000 ਰੁਪਏ ਕਦੇ ਦੇਖੇ ਵੀ ਨਹੀਂ ਸੀ। ਉਸਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਸੀ, ਇਸ ਲਈ ਉਹ ਹਾਂ ਕਰ ਦਿੰਦਾ ਹੈ। ਉਹ ਵਿਅਕਤੀ ਕਹਿੰਦਾ, ਠੀਕ ਹੈ, ਇਹ ਕੁਝ ਪੈਸੇ ਜਾਣ ਦੇ ਲਈ ਰੱਖ ਲਵੋ ਅਤੇ ਕੱਲ ਸਵੇਰੇ ਹੀ ਹਰਿਮੰਦਰ ਸਾਹਿਬ ਲਈ ਨਿਕਲ ਜਾਇਓ। ਬਲਵਿੰਦਰ ਸਿੰਘ ਘਰ ਆ ਕੇ ਆਪਣੀ ਪਤਨੀ ਨੂੰ ਸਾਰੀ ਗੱਲ ਦੱਸਦਾ ਹੈ। ਬਲਵਿੰਦਰ ਸਿੰਘ ਦੀ ਪਤਨੀ ਖੁਸ਼ ਹੋ ਜਾਂਦੀ ਹੈ ਅਤੇ ਬਲਵਿੰਦਰ ਸਿੰਘ ਦੀ ਜਾਣ ਦੀ ਤਿਆਰੀ ਕਰਦੀ ਹੈ। ਬਲਵਿੰਦਰ ਸਿੰਘ ਘਰ ਤੋਂ ਚਲਾ ਜਾਂਦਾ ਹੈ। ਉਹ ਤਾਂ ਇਸ ਲਈ ਅੰਮ੍ਰਿਤ ਜਲ ਲੈਣ ਵਾਸਤੇ ਜਾ ਰਿਹਾ ਸੀ ਕਿਉਂਕਿ ਉਸ ਨੂੰ ਉਸ ਦੇ 50,000 ਰੁਪਏ ਮਿਲਣ ਵਾਲੇ ਸੀ। ਉਹ ਹਰਿਮੰਦਰ ਸਾਹਿਬ ਪਹੁੰਚਦਾ ਹੈ ਅਤੇ ਅੰਮ੍ਰਿਤ ਜਲ ਭਰਦਾ ਹੈ। ਵਾਪਿਸ ਆਉਂਦੇ ਹੋਏ ਉਸ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ, ਕੋਈ ਪਾਣੀ ਪਿਲਾ ਦਵੋ, ਮੈਂ ਦੇਖ ਨਹੀਂ ਸਕਦਾ, ਮੈਂ ਬਹੁਤ ਪਿਆਸਾ ਹਾਂ। ਬਲਵਿੰਦਰ ਸਿੰਘ ਆਵਾਜ਼ ਸੁਣ ਕੇ ਰੁਕ ਜਾਂਦਾ ਹੈ, ਮੇਰੇ ਕੋਲ ਪੀਣ ਵਾਲਾ ਪਾਣੀ ਨਹੀਂ ਹੈ, ਬਸ ਅੰਮ੍ਰਿਤ ਜਲ ਹੈ, ਜੇਕਰ ਮੈਂ ਅੰਮ੍ਰਿਤ ਜਲ ਇਹਨਾਂ ਨੂੰ ਪਿਲਾ ਦੇਵਾਂਗਾ ਤਾਂ ਉਸ ਵਿਅਕਤੀ ਨੂੰ ਕੀ ਜਵਾਬ ਦੇਵਾਂਗਾ, ਪਰ ਮੈਂ ਇਹਨੂੰ ਪਿਆਸਾ ਵੀ ਨਹੀਂ ਛੱਡ ਸਕਦਾ, ਮੈਂ ਇਹਨੂੰ ਅੰਮ੍ਰਿਤ ਜਲ ਪਿਲਾ ਦਿੰਦਾ ਹਾਂ, ਮੈਂ ਜਾ ਕੇ ਉਸ ਵਿਅਕਤੀ ਨੂੰ ਕਹਿ ਦੇਵਾਂਗਾ ਕਿ ਮੈਂ ਅੰਮ੍ਰਿਤ ਜਲ ਨਹੀਂ ਲਿਆ ਸਕਿਆ, ਲੱਗਦਾ ਹੈ ਕਿ ਮੇਰੀ ਕਿਸਮਤ ਦੇ ਵਿੱਚ ਪੈਸੇ ਹੈ ਹੀ ਨਹੀਂ। ਅਤੇ ਬਲਵਿੰਦਰ ਸਿੰਘ ਉਹ ਅੰਮ੍ਰਿਤ ਜਲ ਸਾਰਾ ਹੀ ਉਸ ਵਿਅਕਤੀ ਨੂੰ ਪਿਲਾ ਦਿੰਦਾ ਹੈ। ਉਹ ਪਿਆਸਾ ਵਿਅਕਤੀ ਜਲ ਪੀ ਕੇ ਬਹੁਤ ਖੁਸ਼ ਹੁੰਦਾ ਹੈ ਅਤੇ ਬਲਵਿੰਦਰ ਸਿੰਘ ਨੂੰ ਇੱਕ ਲਿਫਾਫਾ ਦੇ ਕੇ ਕਹਿੰਦਾ ਹੈ ਕਿ ਇਸ ਲਿਫਾਫੇ ਨੂੰ ਘਰ ਜਾ ਕੇ ਖੋਲਣਾ, ਕੁਲਵਿੰਦਰ ਤੁਹਾਡਾ ਇੰਤਜ਼ਾਰ ਕਰ ਰਹੀ ਹੈ। ਬਲਵਿੰਦਰ ਸਿੰਘ ਘਰ ਦੇ ਵੱਲ ਚਲਾ ਜਾਂਦਾ ਹੈ ਅਤੇ ਪਿੰਡ ਪਹੁੰਚ ਕੇ ਉਸ ਬਜ਼ੁਰਗ ਵਿਅਕਤੀ ਨੂੰ ਲੱਭਦਾ ਹੈ, ਪਰ ਉਹ ਬਜ਼ੁਰਗ ਆਦਮੀ ਉਸ ਨੂੰ ਕਿਤੇ ਵੀ ਨਹੀਂ ਮਿਲਦਾ। ਫਿਰ ਉਹ ਸ਼ਾਹੂਕਾਰ ਦੀ ਦੁਕਾਨ ਤੇ ਜਾ ਕੇ ਕਹਿੰਦਾ ਹੈ ਕਿ ਜਦੋਂ ਕੰਮ ਪੁੱਛਣ ਦੇ ਲਈ ਮੈਂ ਤੁਹਾਡੇ ਕੋਲ ਆਇਆ ਸੀ,
ਇੱਥੇ ਇੱਕ ਬਜ਼ੁਰਗ ਵਿਅਕਤੀ ਸੀ ਕਿ ਤੁਸੀਂ ਉਸ ਨੂੰ ਦੇਖਿਆ ਹੈ? ਸ਼ਾਹੂਕਾਰ ਕਹਿੰਦਾ ਕਿ ਅਜਿਹਾ ਕੋਈ ਬਜ਼ੁਰਗ ਆਦਮੀ ਮੇਰੀ ਦੁਕਾਨ ਤੇ ਆਇਆ ਹੀ ਨਹੀਂ। ਬਲਵਿੰਦਰ ਸਿੰਘ ਹੈਰਾਨ ਹੋ ਜਾਂਦਾ ਹੈ ਅਤੇ ਘਰ ਜਾ ਕੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸਦਾ ਹੈ। ਦੋਨੇ ਮਿਲ ਕੇ ਉਸ ਲਿਫਾਫੇ ਨੂੰ ਖੋਲਦੇ ਨੇ ਅਤੇ ਦੇਖਦੇ ਨੇ, ਉਸ ਦੇ ਵਿੱਚ ਪੂਰੇ 50,000 ਰੁਪਏ ਹੁੰਦੇ ਨੇ। ਉਹ ਦੋਨੋਂ ਇਹ ਪੈਸੇ ਦੇਖ ਕੇ ਬਹੁਤ ਹੈਰਾਨ ਹੋ ਜਾਂਦੇ ਨੇ। ਉਸ ਨੂੰ ਯਾਦ ਆਉਂਦਾ ਹੈ ਕਿ ਉਸ ਬਜ਼ੁਰਗ ਆਦਮੀ ਨੂੰ ਮੇਰੀ ਪਤਨੀ ਦਾ ਨਾਮ ਕਿਵੇਂ ਪਤਾ ਚੱਲਿਆ, ਕਿ ਇਹ ਸਭ ਗੁਰੂ ਸਾਹਿਬ ਦਾ ਹੀ ਚਮਤਕਾਰ ਹੈ। ਇਸ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।